ਨਕੋਤਰ ਸਟੇਜ ਤੇ ਦਿੱਤੇ ਆਪਣੇ ਆਪੱਤੀਜਨਕ ਬਿਆਨ ਨੂੰ ਲੈ ਕੇ ਹੁਣ ਮਾਸਟਰ ਸਲੀਮ ਨੇ ਯੂ ਟਰਨ ਲੈ ਲਿਆ। ਤਾਂ ਦੱਸਦੇ ਕਿ ਕੁਝ ਸਮੇਂ ਪਹਿਲਾਂ ਮਾਸਟਰ ਸਲੀਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ, ਜਿਸ ਵਿੱਚ ਉਸਨੇ ਇੱਕ ਅਜਿਹਾ ਬਿਆਨ ਦਿੱਤਾ ਸੀਗਾ, ਨਕੋਤਰ ਸਟੇਜ ਤੇ ਇੱਕ ਪ੍ਰੋਗਰਾਮ ਵਿੱਚ ਇੱਕ ਬਿਆਨ ਦਿੱਤਾ ਸੀਗਾ, ਜਿਸ ਬਿਆਨ ਨੂੰ ਮਾਸਟਰ ਸਲੀਮ ਨੇ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਸੀਗਾ। ਮਾਸਟਰ ਸਲੀਮ ਦੇ ਇਸ ਆਪੱਤੀਜਨਕ ਬਿਆਨ ਤੋਂ ਬਾਅਦ ਕਈ ਧਾਰਮਿਕ ਭਾਵਨਾਵਾਂ, ਕਈ ਧਾਰਮਿਕ ਸੰਸਥਾ, ਕਈ ਸੰਗਠਨ ਅਜਿਹੇ ਉੱਠ ਕੇ ਸਾਹਮਣੇ ਆਏ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮਾਸਟਰ ਸਲੀਮ ਨੇ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਾਡੇ ਧਰਮ ਦੇ ਖਿਲਾਫ ਸਾਡੇ ਧਰਮ ਨੂੰ ਖਿਲਵਾੜ ਕੀਤਾ, ਸਾਡੇ ਧਰਮ ਦਾ ਖਿਲਵਾੜ ਕੀਤਾ ਹੈ। ਉੱਥੇ ਹੀ ਇਹਨਾਂ ਧਾਰਮਿਕ ਭਾਵਨਾਵਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ, ਭਾਰਤ ਦੇ ਜੁਡੀਸ਼ਰੀ ਸਿਸਟਮ ਵੱਲੋਂ ਇਸ ਚੀਜ਼ ਨੂੰ ਲੈ ਕੇ ਕੋਈ ਕਾਰਵਾਈ, ਕੋਈ ਨਿੰਦਾ ਨਹੀਂ ਕੀਤੀ ਗਈ, ਤਾਂ ਉਹ ਧਾਰਨਾਵਾਂ, ਉਹ ਧਾਰਮਿਕ ਸੰਸਥਾਵਾਂ ਮਾਸਟਰ ਸਲੀਮ ਦੇ ਖਿਲਾਫ ਧਾਰਾ 295 ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਵੀ ਦਰਜ ਕਰਨਗੀਆਂ। ਇਹ ਵੀਡੀਓ ਕੀ ਸੀਗੀ, ਪਹਿਲਾਂ ਇੱਕ ਵਾਰੀ ਤੁਹਾਨੂੰ ਇਹ ਵੀਡੀਓ ਦਿਖਾ ਦਿੰਦੇ ਹਾਂ। ਮੈਂ ਚਿੰਤਪੁਰਨੀ ਗਿਆ, ਮਾਤਾ ਰਾਣੀ ਦਾ ਦਰਸ਼ਨ ਕੀਤਾ, ਪੁਜਾਰੀ ਜੀ ਨੇ ਅੱਛੇ ਤਰੀਕੇ ਨਾਲ ਦਰਸ਼ਨ ਕਰਵਾਏ। ਉਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਓ, ਮੈਂ ਕਿਹਾ ਹਾਂਜੀ, ਆਰਤੀ ਲਈ। ਉਸ ਤੋਂ ਬਾਅਦ ਮੈਨੂੰ ਕਹਿੰਦੇ ਆਓ ਬਹਿੰਦੇ ਹਾਂ। ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ। ਕਹਿੰਦੇ ਹੁਣ ਇਸ ਨਾਮ ਮੇਰੇ ਪਿਓ ਦਾ ਕੀ ਹਾਲ ਹੈ? ਮੈਂ ਕਿਹਾ ਜੀ। ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ? ਮੈਂ ਚਿੰਤਪੁਰਨੀ ਗਿਆ, ਮਾਤਾ ਰਾਣੀ ਦਾ ਦਰਸ਼ਨ ਕੀਤਾ, ਪੁਜਾਰੀ ਜੀ ਨੇ ਅੱਛੇ ਤਰੀਕੇ ਨਾਲ ਦਰਸ਼ਨ ਕਰਵਾਏ। ਉਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਓ, ਮੈਂ ਕਿਹਾ ਹਾਂਜੀ, ਆਰਤੀ ਲਈ। ਉਸ ਤੋਂ ਬਾਅਦ ਮੈਨੂੰ ਕਹਿੰਦੇ ਆਓ ਬਹਿੰਦੇ ਹਾਂ। ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ। ਕਹਿੰਦੇ ਹੁਣ ਇਸ ਨਾਮ ਮੇਰੇ ਪਿਓ ਦਾ ਕੀ ਹਾਲ ਹੈ? ਮੈਂ ਕਿਹਾ ਜੀ। ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ? ਵੀਡੀਓ ਵਿੱਚ ਤੁਸੀਂ ਸੁਣਿਆ ਕਿ ਕਿਵੇਂ ਮਾਸਟਰ ਸਲੀਮ ਆਪਣੀ ਚਿੰਤਪੁਰਨੀ ਮਾਤਾ ਧਾਮ ਦੀ ਯਾਤਰਾ ਦਾ ਵਖਾਣ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿਵੇਂ ਪੂਰੀ ਘਟਨਾ ਵਾਪਰੀ। ਅਸੀਂ ਤੁਹਾਨੂੰ ਇਹ ਘਟਨਾ ਦੇ ਨਾਲ ਜੁੜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ, ਇੱਕ ਹੋਰ ਵੀਡੀਓ ਤੁਹਾਨੂੰ ਦਿਖਾਵਾਂਗੇ। ਦਰਅਸਲ ਆਪਣੀ ਇਸ ਗੱਲਬਾਤ ਦਾ, ਆਪਣੇ ਇਸ ਬਿਆਨ ਦਾ ਸਪਸ਼ਟੀਕਰਨ ਦਿੰਦੇ ਹੋਏ ਅੱਜ ਮਾਸਟਰ ਸਲੀਮ ਦੁਬਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋਏ ਸਨ। ਇੱਕ ਵੀਡੀਓ ਉਹਨਾਂ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਆਪਣੇ ਇਸ ਬਿਆਨ ਬਾਰੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ। ਸਲੀਮ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਬਿਆਨ ਨੂੰ ਲੋਕ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ, ਆਪਣੇ ਵੱਲੋਂ ਤੋੜ ਮਰੋੜ ਕੇ, ਆਪਣੇ ਵੱਲੋਂ ਮੋਡੀਫਾਈ ਕਰਕੇ ਇਹ ਬਿਆਨ ਨੂੰ ਵੱਖਰੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ, ਜਿਸ ਕਰਕੇ ਧਾਰਮਿਕ ਭਾਵਨਾਵਾਂ ਨੂੰ, ਜਿਹੜੀਆਂ ਸੰਸਥਾਵਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਲੀਮ ਦਾ ਕਹਿਣਾ ਹੈ ਕਿ ਉਹਨਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀਗਾ। ਅੱਜ ਮਾਸਟਰ ਸਲੀਮ ਆਪਣੇ ਇੰਸਟਾਗ੍ਰਾਮ ਤੇ ਦੁਬਾਰਾ ਲਾਈਵ ਹੋਏ ਹਨ। ਜਿਹੜੀ ਵੀ ਘਟਨਾ ਉਹ ਨਕੋਦਰ ਸਟੇਜ ਤੇ ਵਾਪਰੀ ਹੈ, ਜਿਹੜਾ ਵੀ ਬਿਆਨ ਉਹਨਾਂ ਨੇ ਨਕੋਦਰ ਸਟੇਜ ਤੇ ਦਿੱਤਾ ਹੈ, ਇਸ ਬਿਆਨ ਦਾ ਸਪਸ਼ਟੀਕਰਨ ਸਲੀਮ ਨੇ ਕਿਸ ਤਰ੍ਹਾਂ ਦਿੱਤਾ ਹੈ, ਇਹ ਵੀ ਇੱਕ ਵਾਰ ਵੇਖ ਲਓ। ਨਕੋਦਰ ਸਟੇਜ ਤੇ ਜਿਹੜਾ ਮੈਂ ਕਿਹਾ ਉਹਦਾ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ ਔਰ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ। ਮੈਂ ਸਟੇਜ ਤੇ ਕਿਹਾ ਕਿ ਮੈਂ ਚਿੰਤਪੁਰਨੀ ਗਿਆ ਮੱਥਾ ਟੇਕਣ, ਉੱਥੇ ਮੱਥਾ ਟੇਕਿਆ, ਆਰਤੀ ਲਈ। ਉਸ ਤੋਂ ਬਾਅਦ ਪੁਜਾਰੀ ਜੀ ਸਨ ਕੋਈ, ਮੈਨੂੰ ਤਾਂ ਠੀਕ ਨਾ ਯਾਦ ਵੀ ਨਹੀਂ ਉਹ ਕਿਹੜੇ ਸੀ। ਉਹਨਾਂ ਨੇ ਕਿਹਾ ਕਿ ਸਾਈਂ ਜੀ ਦਾ ਕੀ ਹਾਲ ਹੈ, ਠੀਕ ਹੈ? ਅਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ, ਬਿਲਕੁਲ ਠੀਕ ਠਾਕ, ਮਾਤਾ ਰਾਣੀ ਦੀ ਬੜੀ ਕਿਰਪਾ ਹੈ। ਅਸੀਂ ਸਾਈਂ ਜੀ ਨੂੰ ਪਿਓ ਕਹਿੰਦੇ ਹਾਂ ਔਰ ਉਹ ਸਾਡੇ ਪਿਓ ਹੈ, ਸਾਡੇ ਗੁਰੂ ਨੇ, ਗੁਰੂ ਪਿਓ ਹੀ ਹੁੰਦਾ ਹੈ। ਔਰ ਉਹਦੇ 'ਚ ਵੀ ਮੈਂ ਸਿਰਫ ਇਹੀ ਕਿਹਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਈਂ ਜੀ ਦਾ ਕੀ ਹਾਲ ਹੈ, ਅਤੇ ਅਸੀਂ ਜਿੱਦਾਂ ਸਾਈਂ ਜੀ ਨੂੰ ਪਿਓ ਕਹਿੰਦੇ ਕਿ ਹਾਂਜੀ ਜੀ ਬਿਲਕੁਲ ਠੀਕ ਠਾਕ ਹੈ, ਅਤੇ ਮੇਰੇ ਪਿਓ ਦਾ ਕੀ ਹਾਲ ਹੈ, ਹੈ ਨਾ, ਮੇਰੇ ਮੂੰਹ ਇਹ ਨਿਕਲਿਆ ਕਿ ਮੇਰੇ ਪਿਓ ਦਾ ਕੀ ਹਾਲ ਹੈ, ਅਤੇ ਮੈਂ ਪਿਓ ਕਹਿੰਦਾ ਉਹਨਾਂ ਨੂੰ, ਹੈ ਨਾ, ਕਿਉਂਕਿ ਮੇਰੇ ਉਹ ਗੁਰੂ ਨੇ। ਬਾਕੀ ਗੱਲ ਇਹ ਰਹੀ ਕਿ ਮੈਂ ਮਾਤਾ ਰਾਣੀ ਦੇ ਨਾਲ ਕਿਸੇ ਦੀ ਤੁਲਨਾ ਕਰਾਂ, ਇਹ ਤਾਂ ਹੋ ਨਹੀਂ ਸਕਦਾ।
ਮਾਤਾ ਰਾਣੀ ਤਾਂ ਸਾਰੀ ਦੁਨੀਆ ਦੀ ਮਾਂ ਹੈ। ਸਾਡੇ ਦਾਤਾ ਜੀ ਵੀ ਇਹੋ ਹੀ ਕਹਿੰਦੇ ਸੀ ਮਾਂ। ਉਹਨਾਂ ਨੇ ਤਾਂ ਮੈਨੂੰ ਵੀ ਇਹ ਆਖਿਆ ਕਿ ਸਲੀਮ ਜੈ ਮਾਤਾ ਦੀ ਕਰਿਆ ਕਰੋ, ਜੈ ਮਾਤਾ ਦੀ ਕਰਿਆ ਕਰੋ, ਮਾਂ ਤੋਂ ਵੱਡਾ ਕੋਈ ਨਹੀਂ। ਸੋ ਵਾਕਿਆ ਜੀ ਮਾਂ ਤੋਂ ਵੱਡਾ ਕੋਈ ਵੀ ਨਹੀਂ ਹੈ। ਚਿੰਤਪੁਰਨੀ ਮਾਤਾ ਸਾਡੀ ਸਾਰਿਆਂ ਦੀ ਮਾਂ ਹੈ, ਸਾਡੇ ਗੁਰੂਆਂ ਦੀ ਵੀ ਮਾਂ ਹੈ, ਹੈ ਨਾ। ਅਤੇ ਕੁਛ ਮੇਰੇ ਭਰਾਵਾਂ ਨੂੰ, ਕੁਛ ਮੇਰੇ ਵੀਰਾਂ ਨੂੰ, ਜਿਹੜੇ ਮੇਰੇ ਆਪਣੇ ਵੀਰ ਨੇ, ਉਹਨਾਂ ਨੂੰ ਇਸ ਚੀਜ਼ 'ਤੇ ਇਤਰਾਜ਼ ਸੀ। ਮੈਂ ਉਹਨਾਂ ਦਾ ਇਤਰਾਜ਼ ਮੈਨੂੰ ਮਨਜ਼ੂਰ ਹੈ ਔਰ ਮੈਂ ਉਹਨਾਂ ਤੋਂ ਸ਼ਮਾ ਦਾ ਜਾਚਕ ਹਾਂ। ਔਰ ਮਹਾਮਾਰੀ ਤੋਂ ਵੱਡੀ ਤਾਕਤ ਕੋਈ ਨਹੀਂ ਔਰ ਮੈਂ ਨਾ ਕਦੀ। ਸੋ ਇਹ ਸੀ ਮਾਸਟਰ ਸਲੀਮ ਦਾ ਅੱਜ ਦਾ ਬਿਆਨ, ਅੱਜ ਦਾ ਤਾਜ਼ਾ ਬਿਆਨ, ਜਿਸ ਵਿੱਚ ਤੁਸੀਂ ਸੁਣਿਆ ਇਸ ਵੀਡੀਓ ਵਿੱਚ ਵੇਖਿਆ ਕਿ ਕਿਵੇਂ ਉਹਨਾਂ ਸਾਰੀਆਂ ਧਾਰਮਿਕ ਸੰਸਥਾਵਾਂ ਤੋਂ, ਧਾਰਮਿਕ ਸੰਗਠਨ ਤੋਂ ਸਲੀਮ ਮਾਫ਼ੀ ਮੰਗ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅਜਿਹਾ ਕੁਝ ਵੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਇਸਤੇਮਾਲ ਕੀਤਾ ਜਾ ਰਿਹਾ, ਆਪਣੇ ਫਾਇਦੇ ਲਈ ਮੀਡੀਆ ਚੈਨਲ ਇਸ ਚੀਜ਼ ਦਾ ਇਸਤੇਮਾਲ ਕਰ ਰਹੇ ਹਨ। ਇਸ ਕਰਕੇ ਇਹਨਾਂ ਸਾਰੇ ਧਾਰਮਿਕ ਭਾਵਨਾਵਾਂ ਤੋਂ, ਸਾਰੀਆਂ ਧਾਰਮਿਕ ਸੰਸਥਾਵਾਂ ਤੋਂ ਸਲੀਮ ਨੇ ਮਾਫ਼ੀ ਮੰਗੀ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਅਜਿਹੀ ਕੋਈ ਘਟਨਾ, ਅਜਿਹਾ ਕੋਈ ਬਿਆਨ ਨਾ ਵਾਪਰੇ, ਇਸ ਦੀ ਉਮੀਦ ਸਲੀਮ ਦੇ ਫੈਨਸ, ਸਲੀਮ ਦੇ ਲੱਖਾਂ ਚਾਹੁਣ ਵਾਲੇ ਕਰਦੇ ਹਨ। ਪਰ ਜਿੱਥੇ ਅੱਜ ਦੀ ਯੂਥ, ਅੱਜ ਦੀ ਯੁਵਾ ਪੀੜ੍ਹੀ ਵੇਖਦੀ ਹੈ ਕਿ ਜਿਹੜੇ ਸਾਡੇ ਸਟਾਰਸ ਨੇ, ਜਿਹੜੇ ਫਨਕਾਰ ਨੇ, ਜਿਹੜੇ ਆਪਣੇ ਫਨ ਦੇ ਉਸਤਾਦ ਨੇ, ਜਦੋਂ ਉਹਨਾਂ ਕੋਲੋਂ ਅਜਿਹੇ ਬਿਆਨ ਸਾਹਮਣੇ ਆਉਂਦੇ ਹਨ, ਪਹਿਲੀ ਗੱਲ ਕਿਸੇ ਵੀ ਸਟਾਰ ਵੱਲੋਂ ਕਿਸੇ ਵੀ ਇੱਕ ਧਰਮ ਦੇ ਬਿਆਨ ਦੇਣਾ ਗਲਤ ਹੈ। ਸਟਾਰ ਦੀ, ਕਿਸੇ ਇੱਕ ਫਨਕਾਰ ਦਾ ਨਾ ਕੋਈ ਉਹਦੀ ਜ਼ਾਤ ਹੁੰਦੀ ਹੈ, ਨਾ ਉਹਦੀ ਕੋਈ ਉਮਰ ਹੁੰਦੀ ਹੈ, ਉਹ ਬਿਲਕੁਲ ਤਰੀਕੇ ਨਾਲ ਨਿਊਟਰਲ ਹੁੰਦਾ ਕਿਉਂਕਿ ਉਹ ਇਸ ਕਿਸੇ ਵੀ ਇੱਕ ਧਰਮ ਨੂੰ ਬਿਲੋਂਗ ਨਹੀਂ ਕਰਦਾ। ਉਸਦੇ ਨਾਲ ਕਿਸੇ ਇੱਕ ਧਰਮ ਨੂੰ ਪ੍ਰਮੋਟ ਕਰਨਾ ਇੱਕ ਸਟਾਰ ਵੱਲੋਂ, ਇੱਕ ਫਨਕਾਰ ਵੱਲੋਂ ਕਿੰਨਾ ਸਹੀ ਹੈ ਜਾਂ ਗਲਤ, ਇਹ ਤੁਸੀਂ ਬਿਹਤਰ ਦੱਸ ਸਕਦੇ ਹੋ। ਅਤੇ ਉਸ ਤੋਂ ਬਾਅਦ ਜੇਕਰ ਅਜਿਹੇ ਬਿਆਨ ਦਿੱਤੇ ਜਾਂਦੇ ਹਨ ਅਤੇ ਜੇਕਰ ਬਿਆਨ ਪਹਿਲਾਂ ਹੀ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਦਿੱਤਾ ਜਾਂਦਾ ਹੈ, ਤਾਂ ਉਸ ਦਾ ਸਪਸ਼ਟੀਕਰਨ ਦੇਣ ਦੀ ਵੀਡੀਓ ਕਿਉਂ ਸਾਂਝੀ ਕੀਤੀ ਜਾਂਦੀ ਹੈ? ਜੇਕਰ ਅਸੀਂ ਪਹਿਲਾਂ ਹੀ ਇਹ ਸੋਚੀਏ ਕਿ ਅਸੀਂ ਅਜਿਹੀ ਬਿਆਨ ਅਤੇ ਅਜਿਹੀ ਕਿਸੇ ਗੱਲ 'ਤੇ ਟਿੱਪਣੀ ਕਰਨੀ ਕਿਉਂ ਹੈ, ਤਾਂ ਨਾ ਇਹ ਮੁੱਦੇ ਭਖਣਗੇ, ਨਾ ਕੋਈ ਬਖਾਵ, ਹੋਰ ਕੋਈ ਚੀਜ਼, ਕੋਈ ਮਸਲੇ ਖੜ੍ਹੇ ਹੋਣਗੇ। ਪਰ ਜਦੋਂ ਅਜਿਹੀ ਵੀਡੀਓ ਸਾਂਝੀ ਹੁੰਦੀ ਹੈ, ਫਨਕਾਰਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਗੱਲ ਗਲਤ ਤਰੀਕੇ ਨਾਲ ਕਹੀ ਗਈ ਹੈ ਜਾਂ ਫਿਰ ਉਹਨਾਂ ਨੇ ਭਾਵੇਂ ਸਹੀ ਗੱਲ ਹੀ ਕਿਉਂ ਨਾ ਕਹੀ ਹੋਵੇ, ਅਤੇ ਚੋਰੀ ਜਦੋਂ ਫੜੀ ਜਾਂਦੀ ਹੈ ਤਾਂ ਉਸ ਨੂੰ ਢੱਕਣ ਵਾਸਤੇ, ਆਪਣੇ ਕੀਤੇ 'ਤੇ ਪਰਦਾ ਪਾਉਣ ਵਾਸਤੇ, ਫਿਰ ਸਟਾਰ ਇੱਕ ਅਜਿਹੇ ਬਿਆਨ ਸਾਂਝੇ ਕਰਦੇ ਹਨ, ਮਾਫ਼ੀ ਮੰਗਦੇ ਹਨ ਉਹਨਾਂ ਲੋਕਾਂ ਤੋਂ, ਉਹਨਾਂ ਲੱਖਾਂ ਫੈਨਸ ਤੋਂ, ਕਿਉਂਕਿ ਇਹ ਫੈਨਸ ਹੀ ਨੇ ਜਿਨ੍ਹਾਂ ਨੇ ਉਹਨਾਂ ਸਟਾਰਸ ਨੂੰ ਇੱਕ ਆਮ ਇਨਸਾਨ ਤੋਂ ਸੈਲੀਬ੍ਰਿਟੀ ਬਣਾਇਆ, ਉਹਨਾਂ ਨੂੰ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚਾਇਆ, ਅਤੇ ਇਹ ਲੋਕ ਹੀ ਨੇ ਜਿਹੜੇ ਫੈਨਸ ਹੀ ਨੇ ਜਿਹੜੇ ਉਹਨਾਂ ਨੂੰ ਦੁਬਾਰਾ ਫਰਸ਼ 'ਤੇ ਸੁੱਟ ਸਕਦੇ ਹਨ। ਹੁਣ ਤੁਸੀਂ ਸਲੀਮ ਦਾ ਬਿਆਨ ਸੁਣਿਆ, ਉਸ ਬਿਆਨ ਬਾਰੇ, ਉਸ ਵੀਡੀਓ ਬਾਰੇ ਜਿਹੜੀ ਨਕੋਦਰ ਸਟੇਜ 'ਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ, ਅਤੇ ਕਿਵੇਂ ਅੱਜ ਉਹਨਾਂ ਨੇ ਉਸ ਬਿਆਨ 'ਤੇ ਮਾਫ਼ੀ ਮੰਗੀ ਹੈ। ਮੇਰਾ ਸਵਾਲ ਯੂਜ਼ਰਸ ਤੋਂ, ਵੇਖਣ ਵਾਲਿਆਂ ਤੋਂ, ਵਿਊਅਰਸ ਤੋਂ ਇਹੀ ਹੈ ਕਿ ਇੱਕ ਫਨਕਾਰ ਦੀ ਇੱਕ ਅਜਿਹੀ, ਕਿਸੇ ਵੀ ਧਰਮ ਨੂੰ ਲੈ ਕੇ ਕੋਈ ਵੀ ਧਰਮ ਨੂੰ ਕੋਈ ਫਨਕਾਰ ਬਿਲੋਂਗ ਕਿਉਂ ਨਾ ਕਰਦਾ ਹੋਵੇ, ਉਸ ਧਰਮ ਦੀ ਨਿੰਦਾ ਕਰਨਾ ਜਾਂ ਉਸ ਧਰਮ ਬਾਰੇ ਕੁਝ ਬੋਲਣਾ ਕਿਸ ਤਰੀਕੇ, ਕਿੰਨਾ ਸਹੀ ਹੈ, ਕਿੰਨਾ ਗਲਤ ਹੈ, ਇਹ ਤੁਸੀਂ ਬਿਹਤਰ ਦੱਸ ਸਕਦੇ ਹੋ। ਹਾਲਾਂਕਿ ਸਲੀਮ ਨੇ ਇਸ ਵੀਡੀਓ ਵਿੱਚ ਕਿਸੇ ਵੀ ਧਰਮ ਦੀ, ਇੱਕ ਧਰਮ ਦੀ ਨਿੰਦਾ ਨਹੀਂ ਕੀਤੀ, ਪਰ ਜੇਕਰ ਅਜਿਹੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਦੇ ਚਲਦੇ ਉਹ ਧਾਰਾ 295 ਦੇ ਤਹਿਤ ਮੁਕੱਦਮਾ ਵੀ ਦਰਜ ਕਰ ਸਕਦੀਆਂ ਹਨ। ਪਰ ਕਿਤੇ ਨਾ ਕਿਤੇ ਅੱਜ ਦੀ ਇਹ ਵੀਡੀਓ ਸਲੀਮ ਵੱਲੋਂ ਸਾਂਝੀ ਕਰਨਾ ਇਹ ਸਬੂਤ ਹੈ ਜਾਂ ਇਹ ਆਖਰੀ ਇੱਕ ਫੁੱਲ ਸਟੋਪ ਹੈ ਇਸ ਗੱਲ 'ਤੇ ਕਿ ਉਹ ਬੁਰਾ ਫੀਲ ਕਰ ਰਿਹਾ, ਉਹਨਾਂ ਮਾਫ਼ੀ ਮੰਗੀ ਹੈ ਇਸ ਸਾਰੀ ਗੱਲ 'ਤੇ ਕਿ ਅਜਿਹੀ ਕੋਈ ਘਟਨਾ ਭਵਿੱਖ ਵਿੱਚ ਨਾ ਵਾਪਰੇ, ਇਸ ਦੀ ਹੀ ਸਲੀਮ ਦੇ ਲੱਖਾਂ ਫੈਨਸ ਉਮੀਦ ਕਰਦੇ ਹਨ। ਸਾਡਾ ਸਵਾਲ ਸਾਡੇ ਵਿਊਸ ਤੋਂ ਇਹੀ ਹੈ ਕਿ ਇੱਕ ਫਨਕਾਰ ਦੀ, ਇੱਕ ਸੈਲੀਬ੍ਰਿਟੀ ਦੀ, ਇੱਕ ਆਰਟਿਸਟ ਦੀ, ਕਲਾਕਾਰ ਦਾ ਕਿਸੇ ਇੱਕ ਧਰਮ ਨੂੰ ਪ੍ਰਮੋਟ ਕਰਨਾ ਜਾਂ ਕਿਸੇ ਵੀ ਇੱਕ ਧਰਮ ਬਾਰੇ ਕੁਝ ਕਹਿਣਾ ਜਾਂ ਸੁਣਨਾ
ਕਿੰਨਾ ਸਹੀ ਹੈ ਜਾਂ ਕਿੰਨਾ ਗਲਤ ਹੈ। ਮੇਰਾ ਮੰਨਣਾ ਹੈ ਕਿ ਜਾਂ ਆਮ ਲੋਕਾਂ ਦਾ ਵੀ ਇਹ ਮੰਨਣਾ ਹੁੰਦਾ ਕਿ ਇੱਕ ਫਨਕਾਰ ਦੀ, ਇੱਕ ਆਰਟਿਸਟ ਦੀ, ਕਲਾਕਾਰ ਦਾ ਨਾ ਕੋਈ ਧਰਮ ਹੋਣਾ ਚਾਹੀਦਾ, ਉਹ ਹਰ ਧਰਮ ਨੂੰ ਓਪਨਲੀ ਐਕਸੈਪਟ ਕਰੇ, ਉਸ ਲਈ ਹਰ ਤਬਕੇ ਦੇ ਲੋਕ ਬਰਾਬਰ ਹੋਣੇ ਚਾਹੀਦੇ ਹਨ। ਤੁਸੀਂ ਇਸ ਪੂਰੇ ਮੁੱਦੇ 'ਤੇ ਤੁਹਾਡੇ ਕੀ ਖਿਆਲ ਨੇ ਸਾਡੇ ਨਾਲ ਸਾਂਝੇ ਕਰਨੇ ਨਾ ਭੁੱਲਿਓ।